ਕੈਪਟਨ ਤੇ ਬਾਦਲ ਦੇ ਹਜ਼ਮ ਨਹੀਂ ਆਉਂਦੀ ਵੀ ਨਵਜੋਤ ਸਿੱਧੂ ਪਾਕਿਸਤਾਨ ਦੇ ਵਿੱਚ ਜਾ ਕੇ ਬਾਬੇ ਨਾਨਕ ਦੇ ਉਸ ਪਵਿੱਤਰ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਵਾਸਤੇ ਕੋਰੀਡੋਰ ਦਾ ਮਸਲਾ ਕਿਉਂ ਉਠਾ ਲਿਆ। ਬਾਦਲ ਗਿਆ ਮੁੱਖ ਮੰਤਰੀ ਹੁੰਦਿਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹ ਭੇਡੂ ਲੈ ਦੁੰਬਾ, ਕੈਪਟਨ ਅਮਰਿੰਦਰ ਸਿੰਘ ਗਏ ਤੇ ਰੂਸ ਆਲਮ ਲੈ, ਤੇ ਇਹ ਕਿਉਂ ਲੈ ਆ? ਅੱਜ ਨਵਜੋਤ ਸਿੱਧੂ ਦਾ ਕੱਦ ਛੋਟਾ ਕਰਨ ਵਾਸਤੇ ਇਹ ਦੋਨੋਂ ਰਲੇ ਹੋਏ। ਨਵਜੋਤ ਸਿੱਧੂ ਮੇਰੇ ਕੋਲ ਆ ਕਿੰਨਾ ਇਕੱਠ ਹੈਗਾ, ਕੋਈ ਐਂਟੀ ਸੋਸ਼ਲ ਐਲੀਮੈਂਟ, ਕੋਈ ਗੈਰ ਸਮਾਜੀ ਤੱਤ ਮੇਰੇ ਨਾਲ ਫੋਟੋ ਲਹਾ ਕੇ ਚਲੇ ਜਾਏ, ਹੁਣ ਮੈਨੂੰ ਕੀ ਪਤਾ? ਅੱਜ ਨਵਜੋਤ ਸਿੱਧੂ ਦੀ ਉਸ ਗੱਲ ਨੂੰ ਲੈ ਕੇ ਤੂਲ ਫੜਾਉਣ ਦੇ ਯਤਨਾਂ ਚ ਇਹ ਗੱਲ ਨਹੀਂ, ਗੱਲ ਹੈਗੀ ਆ ਕ੍ਰੈਡਿਟ ਵਾਰ। ਅੱਜ ਬਾਦਲ ਉਦੋਂ ਅੱਗੇ ਤੇ ਕੈਪਟਨ ਉਦੋਂ ਅੱਗੇ, ਕੈਪਟਨ ਅਮਰਿੰਦਰ ਸਿੰਘ, ਇਹਦੇ ਸਾਰੇ ਮੰਤਰੀ, ਇਹਦੇ ਸਾਰੇ MLA, ਇਹਦੇ ਸਾਰੇ ਲੀਡਰ। ਜਦੋਂ ਨਵਜੋਤ ਸਿੱਧੂ ਪਿਛਲੀ ਵਾਰੀ ਪਾਕਿਸਤਾਨ ਦੇ ਇਮਰਾਨ ਖਾਨ ਹੋਣਾਂ ਦੇ ਸਹੁੰ ਚੁੱਕ ਸਮਾਗਮ ਚ ਗਏ ਸੀ ਤੇ ਸਾਰੇ ਗਲ ਪੈਂਦੇ ਸੀ ਉਹਦੇ, ਇਹ ਉੱਥੇ ਜੱਫੀ ਕਿਉਂ ਪਾਇਆ? ਆਪਣੀਆਂ ਜੱਫੀਆਂ ਦਾ ਚੇਤਾ ਹੀ ਨਹੀਂ ਗਾ। ਜਿਹੜੀਆਂ CM ਹਾਊਸ ਦੇ ਵਿੱਚ ਇੱਕ ਫੌਜ ਦੀ ਐਨਾਲਿਸਟ ਹੈਗੀ ਆ, ਰਿਪੋਰਟਰ ਹੈਗੀ ਆ, ਤੇ ਉਹ ਆਪਣੇ ਉੱਥੇ ਬਿਠਾਈ ਬੈਠੇ। ਸੋ ਇਹ ਨਵਜੋਤ ਸਿੱਧੂ ਵਾਸਤੇ ਮੁਸ਼ਕਲਾਂ ਖੜੀਆਂ ਕਰਦੇ। ਮੈਂ ਕਹੂੰਗਾ ਕਿ ਕਾਂਗਰਸ ਪਾਰਟੀ ਦੇ ਅੰਦਰ ਬਹੁ ਗਿਣਤੀ ਬੇਈਮਾਨਾਂ ਦੀ, ਚੰਦ ਲੋਕ ਹੈਗੇ ਆ ਜਿਹੜੇ ਇਮਾਨਦਾਰੀ ਦੇ ਨਾਲ, ਜਿਨ੍ਹਾਂ ਚ ਨਵਜੋਤ ਸਿੱਧੂ ਸਭ ਤੋਂ ਉੱਤੇ ਆ। ਅੱਜ ਬੇਈਮਾਨਾਂ ਦਾ ਤੇ ਇਮਾਨਦਾਰਾਂ ਦਾ ਕਾਂਗਰਸ ਪਾਰਟੀ ਦੇ ਅੰਦਰ ਯੁੱਧ ਹੋ ਰਿਹਾ। ਉਸ ਯੁੱਧ ਦੇ ਵਿੱਚ ਜਿਹੜੇ ਇਮਾਨਦਾਰ